ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। 1 ਇੰਚੀ ਟੂਟੀ ਕਿਵੇਂ ਲਾਈ ਆਪਾਂ ਸਾਰੀ ਵੀਡੀਓ ਵਿੱਚ ਦੱਸਾਂਗੇ। 1 ਇੰਚੀ ਬੈਂਡ ਛੱਡਿਆ ਹੋਇਆ, ਜਿਹੜਾ ਗੇੜਵਾ ਲੱਗਦਾ ਉਹ ਬੁਰਾ ਲੱਗਦਾ, ਲੱਗਿਆ ਹੋਇਆ ਦੇਖਣ ਨੂੰ ਬੜਾ ਵੀ ਲੱਗਦਾ। ਜਿਹੜੀ ਲੌਂਗ ਲੌਂਗ ਸੂਟੀ ਆ ਇੱਕੋ ਜਿਹੀਆਂ ਲੱਗਦੀਆਂ, 1 ਇੰਚੀ ਟੂਟੀ ਹੀ ਲਾਓ ਲਵਾਓ। ਇੱਕੋ ਜਿਹੇ ਹੈਂਡਲ ਆ, ਵਧੀਆ ਲੱਗਣਗੇ ਦੇਖਣ ਨੂੰ। ਸਾਰੀ ਵੀਡੀਓ ਵਿੱਚ ਦੱਸਾਂਗੇ ਕਿਵੇਂ ਲਾਈਏ ਇਹ, ਐਂਡ 'ਚ ਦਿਖਾਵਾਂਗੇ ਵੀ ਕਿਹੋ ਜਿਹੀਆਂ ਲੱਗਦੀਆਂ ਇਹ, ਗੇੜਵਾ ਲਵਾਵੇ ਜਾਂ ਆਪਾਂ 1 ਇੰਚੀ ਟੂਟੀ ਲਵਾਵੇ। ਇਹਦੇ ਵਾਸਤੇ ਆਪਾਂ ਨੂੰ ਇੱਕ ਆਪਣੇ ਲੌਂਗ ਲੌਂਗ ਟੂਟੀ ਚਾਹੀਦੀ ਆ, ਫਲੰਚ ਚਾਹੀਦੀ ਆ, ਅਤੇ ਆਪਾਂ ਨੂੰ 1 ਇੰਚੀ ਟੈਕਸ਼ਨ ਨਿੱਪਲ। ਜੇ ਤੁਹਾਡਾ ਪੁਆਇੰਟ ਜ਼ਿਆਦਾ ਡੂੰਘਾ ਹੈ, ਜੇ ਪੁਆਇੰਟ ਉੱਪਰ ਆ ਤਾਂ ਤੁਹਾਨੂੰ 3 ਆਈਟਮਾਂ ਦੀ ਲੋੜ ਆ, ਲੌਂਗ ਲੌਂਗ ਟੂਟੀ, ਫਲੰਚ ਪਲੇਟ ਅਤੇ ਆਪਾਂ ਨੂੰ ਟੈਪਲਨ ਟੇਪ, 3 ਆਈਟਮਾਂ। ਚੰਗੀ ਤਰ੍ਹਾਂ ਆਪਣੇ ਸਮਿੰਟ ਝਾੜ ਲਿਆ, ਝਾੜਨ ਤੋਂ ਬਾਅਦ ਪਲੱਗ ਖੋਲ ਲਿਆ ਚੰਗੀ ਤਰ੍ਹਾਂ। ਇਹ ਵੀ ਆਪਾਂ ਲੌਂਗ ਲੌਂਗ ਟੂਟੀਆਂ ਲੱਗੀਆਂ 1/2 ਇੰਚੀ। ਆਪਣੇ ਪਹਿਲਾਂ ਸਭ ਤੋਂ ਪਹਿਲਾਂ ਆਪਣੇ ਕੱਚੀ ਕੱਸ ਕੇ ਦੇਖ ਲੈਣੀ, ਜੇ ਟੈਕਸ਼ਨ ਨਿੱਪਲ ਲੱਗਦਾ ਜਦ ਪੁਆਇੰਟ ਜ਼ਿਆਦਾ ਡੂੰਘਾ ਤੁਹਾਡਾ ਤਾਂ ਤੁਸੀਂ ਲਾ ਸਕਦੇ, ਜੇ ਪੁਆਇੰਟ ਨਹੀਂ ਡੂੰਘਾ ਤਾਂ ਉਹਦੀ ਲੋੜ ਨਹੀਂ। ਜੇ ਪੁਆਇੰਟ ਉੱਪਰ ਆ ਚੰਗੀ ਤਰ੍ਹਾਂ ਕੱਸ ਕੇ ਦੇਖ ਲਿਆ ਆਪਾਂ ਨੇ ਕੱਚਾ ਪਹਿਲਾਂ, ਉਹਦੇ ਬਾਅਦ ਟੈਪਲਨ ਟੇਪ ਲਾ ਲੈਣੀ। ਟੈਪਲਨ ਟੇਪ ਲਾ ਲਈ ਆਪਾਂ ਨੇ, ਲਾਉਣ ਤੋਂ ਬਾਅਦ ਆਪਾਂ ਨੇ ਇਹਨੂੰ ਕੱਸ ਦੇਣਾ ਚੰਗੀ ਤਰ੍ਹਾਂ। ਚੰਗੀ ਤਰ੍ਹਾਂ ਕੱਸ ਲੈਣਾ ਆਪਾਂ ਨੇ ਰੈਂਚ ਨਾਲ, ਚੂੜੀ ਇਹਦੀ ਸਿੱਧੀ ਚੜਾਇਆ ਕਰੋ। ਚੂੜੀ ਇੱਕ ਵਾਰ ਟਿੱਪਰ ਮਾਰ ਦਿਓ, ਫਿਰ ਅੰਦਰਲੀ ਚੂੜੀ ਵੀ ਖਰਾਬ ਹੋਣ ਦਾ ਡਰ ਰਹਿੰਦਾ। ਚੂੜੀ ਜਿਵੇਂ ਸਿੱਧੀ ਹੋਣੀ ਚਾਹੀਦੀ ਹੈ। ਚੰਗੀ ਤਰ੍ਹਾਂ ਆਪਾਂ ਨੇ ਕੱਸ ਲੈਣਾ, ਰੈਂਚ ਦੀ ਮਦਦ ਨਾਲ ਆਪਾਂ ਕੱਸ ਲਾਂਗੇ ਇਹਨੂੰ। ਰੈਂਚ ਨਾਲ ਆਪਾਂ ਕੱਸ ਲਾਂਗੇ, ਕੱਸ ਲਿਆ ਆਪਣੇ ਰੈਂਚ ਨਾਲ। ਦੇਖੋ ਕਿੰਨੀ ਸੋਹਣੀ ਲੋਕਾਂ 3 ਦੀ ਕਿੰਨੀਆਂ ਵਧੀਆ ਲੱਗਦੀਆਂ ਲੱਗੀਆਂ ਹੋਈਆਂ। ਗੇਟ ਵਾਲਾ ਆਪਣਾ ਬੁਰਾ ਲੱਗਦਾ ਲੱਗਿਆ ਹੋਇਆ, 1 ਇੰਚੀ ਟੂਟੀ ਹੈ ਜਿਹੜੀ ਵਧੀਆ ਲੱਗਦੀ। ਲਾਉਣ ਤੋਂ ਬਾਅਦ ਜੇ ਤੁਹਾਡਾ ਜਾਲੀ ਦੇ ਵਿੱਚ ਲੈਣ ਦੇ ਵਿੱਚ ਕਚਰਾ ਆਉਂਦਾ ਮੂਹਰੇ, ਜਾਲੀ ਆ